ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕੀ ਹਾਲ ਚਾਲ? ਬੜਾ ਵਧੀਆ ਜੀ। ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਦੀਦਾਰ ਸਿੰਘ ਹੈ। ਦੀਦਾਰ ਸਿੰਘ, ਪਿਤਾ ਜੀ ਦਾ? ਹੈ, ਪਿਤਾ ਜੀ ਦਾ, ਬਾਪੂ ਦਾ? ਭਗਤ ਸਿੰਘ। ਦਾਦਾ ਜੀ ਚੇਤੇ ਹੈ? ਨਾ ਨਹੀਂ, ਮੈਂ ਪਿਤਾ ਵੀ ਨਹੀਂ ਦੇਖਿਆ। ਠੀਕ, ਅੱਛਾ ਜੀ। ਹਾਂ, ਫਿਰ ਉਹ ਬਾਅਦ ਵਿੱਚ ਪੁੱਛਦੇ ਆ ਤੇ ਕਿਹੜਾ ਪਿੰਡ ਪਾਕਿਸਤਾਨ ਵਿੱਚ ਜਿੱਥੇ ਤੁਸੀਂ? ਕਿਆਂਪੁਰ ਜੀ। ਕਿਆਂਪੁਰ ਪਿੰਡ ਦੇ ਦੁਆਲੇ ਇੱਕ ਤੇ ਉਹਨੂੰ ਅਸੀਂ ਬੁੱਢੇ ਕਿਆਂਪੁਰ ਰਹਿੰਦੇ ਸੀ, ਉਹ ਸੀ ਇੱਕ ਤੰਬੜੇ ਸੀ, ਇੱਕ ਕੱਕੇ ਕੇ ਸੀ, ਇੱਕ ਧੁਨੀ ਜਾਏ ਸੀ, ਇਹ ਪਿੰਡ। ਅੱਛਾ ਜੀ। ਕਿਆਂਪੁਰ ਪਿੰਡ ਦੀ ਤਹਿਸੀਲ? ਨਾਰੋਵਾਲ ਸੀ, ਉਦੋਂ ਜ਼ਿਲ੍ਹਾ ਸਿਆਲਕੋਟ ਸੀ। ਜ਼ਿਲ੍ਹਾ ਸਿਆਲਕੋਟ। ਸ਼ਹਿਰ ਕਿਹੜਾ ਪਿੰਡ ਸੀ ਨੇੜੇ? ਨੇੜੇ ਸ਼ਹਿਰ ਸਾਨੂੰ ਜੱਸੜ। ਜੱਸੜ ਸਟੇਸ਼ਨ? ਜੱਸੜ ਸਟੇਸ਼ਨ ਨਹੀਂ ਸੀ। ਤੁਹਾਡੀ ਉਮਰ ਕਿੰਨੀ ਸੀ ਜਦੋਂ ਪਾਕਿਸਤਾਨ ਬਣਿਆ? ਮੇਰੀ ਉਮਰ ਉਦੋਂ 14-15 ਸਾਲ ਦਾ। 12-13 ਸਾਲ? ਨਹੀਂ, 37-38 ਦਾ ਮੇਰਾ ਜਨਮ ਹੈ। 9-10 ਸਾਲ ਦੇ ਹੈਗੇ ਸੀ? 9-10 ਸਾਲ ਪੂਰੀ ਸੰਭਾਲ ਉਸ ਸਮੇਂ ਦੀ? ਮੈਨੂੰ ਉੱਥੋਂ ਸਾਰੀ ਸੰਭਾਲ। ਠੀਕ ਹੈ। ਜਿਹੜੇ ਤੁਹਾਡੇ ਕੈਂਪਰੀ ਰੰਧਾਵੇ ਸਨ, ਉਹ ਸਰਦਾਰਾਂ ਨੂੰ ਨਾਂ ਲੈ ਦਿਓ, 2-4 ਵੱਡੇ ਸਰਦਾਰ ਜਿਹੜੇ ਭਾਂਡੇ ਵਾਲੇ ਸਨ। ਇੱਕ ਭਾਈ ਕਹਿਲ ਸਿੰਘ। ਹਾਂਜੀ। ਇੱਕ ਭਾਈ ਬਹਾਦਰ ਸਿੰਘ। ਅੱਛਾ ਜੀ। ਇੱਕ ਗੁਰਮਨ ਸਿੰਘ। ਬਲੀ ਸਿੰਘ ਗੁਰਮੁਖ ਸਿੰਘ ਦਾ ਪਿਓ ਸੀ। ਠੀਕ ਹੈ। ਬੁੱਟਾ ਸਿੰਘ ਜੀ ਸਾਡੀ ਗਲੀ ਚ ਇੱਕ ਹਜ਼ਾਰਾ ਸਿੰਘ ਸੀ। ਬਖਸ਼ਾ ਸਿੰਘ ਦਾ ਭਗਵਾਨ ਸਿੰਘ ਜੀ। ਹਾਂਜੀ। ਠੀਕ ਹੈ। ਤੁਹਾਡੇ ਜੱਟਾਂ ਤੋਂ ਇਲਾਵਾ, ਰੰਧਾਵੇ ਤੋਂ ਇਲਾਵਾ ਮੁਸਲਮਾਨ ਵੀ ਹੈ? ਮੁਸਲਮਾਨ ਵੀ ਹੈ। ਉਹ ਵੀ ਰੰਧਾਵੇ ਸਨ? ਹਾਂਜੀ, ਉਹ ਵੀ ਵਿੱਚ ਰੰਧਾਵੇ ਆ ਗਏ। ਰੰਧਾਵੇ ਹੀ ਸਨ ਬਹੁਤੇ, ਜਿਹੜੇ ਜਲਾ ਜਲੂ ਜਾਂ ਹੋਰ ਸੀ, ਇਹ ਹੋਰ ਸਨ। ਹੋਰ ਸਨ, ਮੁਸਲਮਾਨ ਰੰਧਾਵੇ ਆਏ ਸਨ। ਹਾਂ, ਮੁਸਲਮਾਨ ਰੰਧਾਵਾ ਸਾਡੇ ਪਿੰਡ ਦਾ ਥਾਣੇਦਾਰ ਹੁੰਦਾ ਸੀ ਉਦੋਂ, ਉਹਦਾ ਨਾਂ ਸੀ ਸਰਫਰਾਜ। ਉਹਦਾ ਮੁੰਡਾ ਸਾਡੇ ਚ ਧਾਨੀ ਸਾਹਿਬ ਆਉਂਦਾ ਰਿਹਾ। ਅੱਛਾ ਜੀ। ਅਫਜਲ ਰੰਧਾਵਾ? ਅਫਜਲ ਰੰਧਾਵਾ ਜਿਹੜਾ ਕਵਿਤਾਵਾਂ ਲਿਖਦਾ ਸੀ? ਹਾਂਜੀ, ਸਾਡੇ ਪਿੰਡ। ਠੀਕ ਹੈ।
ਤੇ ਜਿਹੜਾ ਥਾਣੇਦਾਰ ਸੀ ਸਰਫਰਾਜ ਕਿੱਥੇ ਲੱਗਾ ਸੀ ਥਾਣੇਦਾਰ? ਉਹ ਥਾਣੇਦਾਰ ਕਿੱਥੇ ਲੱਗਾ ਸੀ? ਲਾਹੌਰ। ਲਾਹੌਰ ਠੀਕ। ਤੇ ਹੋਰ ਕੋਈ ਮੁਸਲਮਾਨ ਨਾਂ ਚੇਤੇ ਨੇ? ਮੁਸਲਮਾਨਾਂ ਤੁਹਾਡੇ ਪਿੰਡ ਦੇ ਨਾਂ ਚੇਤੇ ਨੇ? ਇੱਕ ਤੇ ਇਹ ਪਰਿਵਾਰ ਹੋ ਗਿਆ ਨਾ ਅਫਜਲ ਰੰਧਾਵੇ ਦਾ, ਹੋਰ ਅਫਜਲ ਰੰਧਾਵਾ, ਫਿਰ ਹੋਰ ਸੀ ਸਾਡੇ ਮੁਸਲਮਾਨ ਦਾ ਮੈਨੂੰ ਨਾਂ ਨੀ ਉੱਧਰ ਦਾ ਚੇਤਾ। ਠੀਕ। ਸਕੂਲ ਗਏ ਸੀ? ਹੈਂ ਸਕੂਲ ਗਏ ਸੀ? ਮੈਂ ਪਿੰਡ ਪਾਕਿਸਤਾਨ ਚ ਤੀਸਰੀ ਚ ਹੋ ਗਿਆ ਸਰ ਜਦੋਂ ਇੱਧਰ ਆਏ। ਅੱਛਾ ਜੀ, ਪੜ੍ਹਦੇ ਸੀ ਸਕੂਲ? ਮੈਂ ਪੜ੍ਹਨ ਸਕੂਲੇ ਜਾਂਦਾ ਹੁੰਦਾ ਸੀ, ਇੱਥੇ ਆਣ ਕੇ ਫਿਰ ਪੜ੍ਹਾ ਲਿਆ, ਮੈਂ ਪੜ੍ਹਨੇ ਪਿਆ ਤੇ ਇੱਥੇ ਇਹਨਾਂ ਦੂਸਰੀ ਚ ਕੀਤਾ ਦਾਖਲ। ਮੈਂ ਕਿੱਥੇ ਸੀ ਸਕੂਲ? ਹੈਂ ਸਕੂਲ ਕਿੱਥੇ ਸੀ? ਸਾਡੇ ਪਿੰਡ ਚ ਕੈਂਪਰਾਂ ਜੀ, ਕੈਂਪਰ ਚ ਸਕੂਲ। ਕਿਸੇ ਮਾਸਟਰ ਦਾ ਨਾਂ ਚੇਤੇ? ਮਾਸਟਰ ਦਾ? ਹਾਂਜੀ ਹਾਂ, ਇਹ ਗੰਗਰਾਵਾਂ ਦਾ ਮਾਸਟਰ ਸੀ ਸਾਡੇ ਲੱਗਾ ਆ, ਪਿੰਡ ਗੰਗਰਾ ਸੀ ਉਹਦਾ ਮਾਸਟਰ ਸੀ, ਜਲਾਲ ਸੀ ਮੈਨੂੰ ਨਾਂ ਭੁੱਲ ਗਿਆ ਉਹਦਾ, ਉਹ ਸੀ ਮੈਨੂੰ ਨਾਂ ਭੁੱਲ ਗਿਆ। ਠੀਕ ਹੈ। ਕਿਸੇ ਜਮਾਤੀ ਦਾ ਨਾਂ ਚੇਤੇ? ਹੈਂ ਜਮਾਤੀ ਜਿਹੜੇ ਮੁੰਡੇ ਪੜ੍ਹਦੇ ਸਨ ਮੁਸਲਮਾਨਾਂ ਦੇ ਸਿੱਖ ਰੰਧਾਵਿਆਂ ਦੇ, ਤੁਹਾਡੇ ਨਾਲ ਕਿਹੜੇ ਕਿਹੜੇ ਮੁੰਡੇ ਪੜ੍ਹਦੇ ਸਨ? ਪੜ੍ਹਦੇ ਹਨ ਸਾਰੇ, ਉਦੋਂ ਇਕੱਠੇ ਨਿੱਕੇ ਨਿੱਕੇ ਪੜ੍ਹਦੇ ਹੁੰਦੇ ਸਾਂ। ਇੱਕ ਤੇ ਇੱਥੋਂ ਭਲਾਏ ਲਾਡਪੁਰ ਨੇ ਉਹ ਸਾਡੇ ਰੰਧਾਵੇ, ਇੱਕ ਤੇ ਉਹਨਾਂ ਦਾ ਮੁੰਡਾ ਸੀ ਬਲਿਆਰ, ਤੇ ਇਹ ਹੋਰ ਮੁੰਡੇ ਸਨ ਉੱਥੇ ਮੁਸਲਮਾਨ ਦਾ ਵੀ ਹੈ ਸਰ, ਪਰ ਮੈਨੂੰ ਹੁਣ ਉਹਨਾਂ ਦਾ ਠੀਕ ਚੇਤਾ ਹੁਣ। ਠੀਕ ਹੈ। ਤੇ ਪਿੰਡ ਚ ਮੇਲਾ ਕਿੱਥੇ ਲੱਗਦਾ ਸੀ? ਮੇਲਾ ਕਿੱਥੇ ਪਿੰਡ ਦੇ ਆਲੇ ਦੁਆਲੇ ਲੱਗਦਾ ਸੀ? ਕਰਤਾਰਪੁਰ ਸੀ ਜਿਹੜਾ ਗੁਰੂ ਨਾਨਕ ਜਿਹੜਾ ਹੁਣ ਪਾਕਿਸਤਾਨ, ਉੱਥੇ ਵਿਸਾਖੀ ਨੂੰ ਲੱਗਦਾ ਸੀ ਮੇਲਾ? ਹੈਂ ਵਿਸਾਖੀ ਮੇਲਾ ਲੱਗਦਾ ਸੀ ਉੱਥੇ, ਮੇਲਾ ਜੀ ਮੱਸਿਆ ਜੀ ਮੱਸਿਆ ਲੱਗਦਾ ਪਰ ਮਹੀਨੇ ਲੱਗਦਾ। ਠੀਕ। ਮਹੀਨੇ ਦੇ ਮਹੀਨੇ। ਅੱਛਾ। ਤੁਹਾਡਾ ਜਿਹੜਾ ਘਰ ਸੀ, ਤੁਹਾਡਾ ਘਰ ਕਿੱਥੇ ਤੁਸੀਂ ਪਿੰਡ ਵਿੱਚ? ਪਿੰਡ ਸਾਡੀ ਆ ਗਲੀਆਂ ਸਨ ਜੀ ਤਿੰਨ, ਵਿਚਕਾਰਲੀ ਗਲੀ ਸਾਡਾ ਘਰ ਅਖੀਰ ਤੇ ਜਾ ਕੇ, ਬਿੱਲੀ ਸਾਡੀ ਸੀ ਸੜਕ ਦੇ ਉੱਤੇ, ਸੜਕ ਜਾਂਦੀ ਸੀ ਸਾਥੋਂ ਨਾਰੋਵਾਲ ਨੂੰ, ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਜਰਨਾਲੀ ਸੜਕ ਸੀ ਵੱਡੀ, ਉਹਦੇ ਉੱਤੇ ਸਾਡੀ ਬਿੱਲੀ ਸੀ, ਤੇ ਅਗਲੇ ਪਾਸੇ ਜਾ ਕੇ ਗਲੀ ਤੇ ਸਾਡਾ ਘਰ ਸੀ। ਘਰ ਪੱਕਾ ਸੀ? ਨਾ ਜੀ ਨਾ, ਕੱਚਾ ਸੀ। ਕੱਚੇ। ਉਹ ਨਿਸ਼ਾਨੀ ਉਹਦੀ? ਹਾਂਜੀ। ਉਹ ਨਿਸ਼ਾਨੀ ਘਰ ਦੀ? ਘਰ ਸਾਡੇ ਦੇ ਅੱਗੇ ਕਿੱਕਰ ਹੁੰਦਾ ਸੀ ਇੱਕ ਬੜਾ ਵੱਡਾ, ਤੇ ਆਲੇ ਦੁਆਲੇ ਜਿਹੜੇ ਘਰ ਸਨ ਤੁਹਾਡੇ ਗੁਆਂਢੀਆਂ ਦੇ? ਆਹੋ। ਕਿਹੜੇ ਕਿਹੜੇ ਗੁਆਂਢੀ ਸਨ? ਇੱਕ ਭਗਵਾਨ ਸਿੰਘ, ਹਾਂਜੀ, ਬਖਸ਼ਾ ਸਿੰਘ ਇਹ ਭਰਾ ਸਨ ਚਾਰ ਪੰਜ। ਠੀਕ ਹੈ। ਇੱਕ ਸਾਡੇ ਲਾਗੇ ਹਜ਼ਾਰਾ ਸਿੰਘ ਸੀ, ਉਹ ਪੁਰਾਣੇ ਪੜ੍ਹਾ ਰਹੇ ਰਹਿੰਦੇ ਹਨ ਹੁਣ, ਪਤਾ ਨੀ ਇੱਥੇ ਹੀ ਹਜ਼ਾਰਾ ਸਿੰਘ ਦੇ ਮੁੰਡੇ ਨੇ, ਉਹ ਪੁਰਾਣੇ ਪੜ੍ਹਾ ਰਹੇ ਨੇ, ਲਾਡਪੁਰ ਰਹਿੰਦੇ ਹਨ ਸਾਡੇ ਪਿੰਡ ਦੇ। ਠੀਕ ਹੈ। ਪਿੰਡ ਦਾ ਨੰਬਰਦਾਰ ਕਿਹੜਾ ਸੀ? ਪਾਕਿਸਤਾਨ, ਹਾਂਜੀ, ਗੁਰਮੁਖ ਸਿੰਘ। ਗੁਰਮੁਖ ਸਿੰਘ ਹਾਂ, ਰੰਧਾਵਾ ਸੀ। ਤੇ ਸ਼ਹਿਰ ਕਿਹੜਾ ਲੱਗਦਾ ਸੀ, ਕਿੱਥੇ ਜਾਂਦੇ ਸੀ ਸੌਦਾ ਪੱਤਾ ਲੈਣ? ਜੱਸੜ। ਜੱਸੜ ਜਾਂਦੇ? ਹਾਂ।
ਜਦੋਂ ਪਾਕਿਸਤਾਨ ਬਣਿਆ ਰੌਲੇ ਪੈ ਗਏ, ਕਿੰਨੇ ਦਿਨ ਪਹਿਲਾਂ ਪਤਾ ਲੱਗ ਗਿਆ ਹੁਣ ਜਾਣਾ ਪੈਣਾ, ਕਿਵੇਂ ਨਿਕਲੇ? ਅਸੀਂ ਨਾ ਜੀ ਪਾਕਿਸਤਾਨ ਚ ਮੈਨੂੰ ਥੋੜਾ ਥੋੜਾ ਪਤਾ ਹੈ ਭਾਈ, ਸਾਡੇ ਲਾਗੇ ਜਸੜਾਂ ਦੇ ਲਾਗੇ ਤਿੰਨ ਚਾਰ ਪਿੰਡ ਮੁਸਲਮਾਨਾਂ ਦੇ ਸੀ, ਉਹ ਉੱਥੇ ਢੋਲ ਵੱਜਣ ਲੱਗ ਪਿਆ ਸਵੇਰੇ ਸਵੇਰੇ ਇੱਕ ਦਿਨ। ਅੱਛਾ ਜੀ। ਬੜਾ ਢੋਲ ਵੱਜਿਆ, ਸਾਡੇ ਬੰਦਿਆਂ ਨੇ ਇਹ ਸੋਚਿਆ ਕਿ ਇਹਨਾਂ ਹੁਣ ਸਾਨੂੰ ਕਿਸੇ ਨੂੰ ਪੈਣਾ ਹੈ, ਤੇ ਉਹਨਾਂ ਦਾ ਮੁਹਾਵਰਾ ਸਾਡੇ ਪਿੰਡ ਆਲੂ ਸੀ, ਸਾਡੀ ਸੜਕ ਦੇ ਉੱਤੇ ਹੀ ਸਨ। ਉਹ ਸਾਡੇ ਬੰਦਿਆਂ ਨੇ ਇੱਕ ਬੰਦਾ ਬੋਰਡ ਸੀ ਸਾਡੇ ਇੱਕ ਬੜਾ ਵੱਡਾ ਬੋਰਡ ਦੇ ਉੱਤੇ ਚੜਾ ਦਿੱਤਾ, ਭਾਈ ਇਹ ਵੇਖ ਕੇ ਕਿਹੜੇ ਪਿੰਡ ਨੂੰ ਪੈਂਦੇ ਨੇ। ਉਹ ਵਹਿੰਦਾ ਵਹਿੰਦਾ ਲੱਭ ਕੇ ਚੜਾ ਜਾ, ਜਦੋਂ ਲੰਘਦਾ ਪਿਆ ਹੋਇਆ ਦੁਪਹਿਰਾਂ ਗਈਆਂ, ਆਖਣ ਲੱਗਾ ਜੀ ਉਹ ਸਾਡੀ ਸੜਕੇ ਪੈ ਗਏ ਨੇ। ਜਦੋਂ ਗਾਹ ਆਏ ਥੋੜੇ ਜੇ ਤੇ ਸਾਡੀਆਂ ਤਾਰੀਆਂ ਦੇ ਥੋੜੇ ਜੇ ਪਿੱਛੇ, ਉੱਥੋਂ ਰਾਹ ਨਿਕਲਦਾ ਸੀ ਤਿੰਨਵਾਡਿਆਂ ਨੂੰ, ਉਹ ਤਿੰਨਵਾਡਿਆਂ ਦੇ ਰਾਹੇ ਪੈ ਗਏ ਜੀ। ਕਹਿੰਦਾ ਉਹ ਤਿੰਨਵਾਡਿਆਂ ਨੂੰ ਪੈ ਗਏ ਨੇ ਬਾਈ। ਫਿਰ ਸਾਡੇ ਬੰਦੇ ਵੀ ਅੱਗੋਂ ਜਾ ਪਏ ਤਿੰਨਵਾਡਿਆਂ ਦੇ ਉਹਨਾਂ ਨੂੰ ਮੁਸਲਮਾਨਾਂ ਨੂੰ ਤਿੰਨਵਾਡਿਆਂ ਦੇ ਬੰਦੇ ਤੇ ਉਹਨਾਂ ਕੋਠਿਆਂ ਤੇ ਚਾੜ ਦਿੱਤੇ ਵਿਚਾਰਿਆਂ ਦੇ ਵਿਚਾਰੇ, ਤੇ ਫਿਰ ਸਾਡੇ ਵੀ ਪੈ ਗਏ। ਫਿਰ ਉਹਨਾਂ ਦੀ ਮਦਦ ਹੋ ਗਈ, ਫਿਰ ਉਹ ਪਛਾਣ ਨਸੇ ਮੁਸਲਮਾਨ। ਉਹਨਾਂ ਦੇ ਸਾਡਿਆਂ ਬੰਦਿਆਂ ਨੇ, ਸਾਡਾ ਸਰਪੰਚ ਵੱਡਾ ਸੀ ਮੇਰੇ ਤੋਂ ਦਸ ਬਾਰਾਂ ਸਾਲ, ਉਹ ਦਸ ਬਾਰਾਂ ਦਾ ਸੀ, ਤੇ ਅਸੀਂ ਉਹਨਾਂ ਦੇ ਬੰਦੇ ਵੀ ਤਿੰਨ ਚਾਰ ਪੰਜ ਮਾਰ ਦਿੱਤੇ ਮੁਸਲਮਾਨਾਂ ਦੇ ਉਸ ਲੜਾਈ ਚ। ਹਾਂਜੀ, ਉਸ ਲੜਾਈ ਹਮਲੇ ਚ। ਹਾਂ, ਤੇ ਫਿਰ ਸਾਨੂੰ ਇਹ ਪਤਾ ਲੱਗ ਗਿਆ ਭਾਈ ਹੁਣ ਸਾਡੇ ਕੋਲ ਇੱਥੇ ਰਿਹਾ ਨੀ ਜਾਣਾ, ਇੱਥੇ ਮੁਸਲਮਾਨ ਇੱਥੇ ਪਾਕਿਸਤਾਨ ਬਣ ਗਿਆ, ਇੱਥੋਂ ਜਾਣਾ ਪੈਣਾ। ਫਿਰ ਅਸੀਂ ਕਰਤਾਰਪੁਰ ਸੀ ਸਾਡੇ ਲਾਗੇ ਗੁਰਦੁਆਰਾ, ਫਿਰ ਅਸੀਂ ਤਿੰਨ ਚਾਰ ਦਿਨ ਆਣ ਕੇ ਤਿੰਨ ਕੁ ਦਿਨ ਕਰਤਾਰਪੁਰ ਰਹੇ ਜੀ। ਉੱਥੇ ਮੁਸਲਮਾਨਾਂ ਨੂੰ ਇਹ ਸੀ ਸ਼ੱਕ ਭਾਈ ਉੱਥੇ ਸਿੱਖਾਂ ਦਾ ਜਥਾ ਰਹਿੰਦਾ, ਭੀਰੋ ਦਾ ਜਥਾ, ਉਹਦੇ ਤੋਂ ਡਰਦੇ ਵੀ ਸੀ, ਪਰ ਉਹ ਜਥੇ ਕੋਲ ਹਥਿਆਰ ਤੇ ਹੁਣ ਨਹੀਂ ਸਨ, ਤੇ ਉਹ ਪਰ ਹੈ ਨਹੀਂ ਸੀ ਉੱਥੇ ਕੱਖ। ਅਸੀਂ ਉੱਥੇ ਦੋ ਕੁ ਤਿੰਨ ਦਿਨ ਰਹੇ ਖਰੇ, ਤੇ ਫਿਰ ਸਵੇਰੇ ਦਿਨ ਚੜ੍ਹਦੇ ਨੂੰ ਅਸੀਂ ਉੱਥੋਂ ਤੁਰ ਪਏ, ਤੇ ਹੁਣ ਇੱਥੋਂ ਜਾਣਾ ਪੈਣਾ। ਉੱਥੇ ਇੱਕ ਜਿਹੜਾ ਸੀ ਨਾ ਗੁਰਦੁਆਰੇ ਦਾ ਕਰਤਾਰਪੁਰ ਦਾ ਗ੍ਰੰਥੀ ਵੱਡਾ ਹੈ ਜਾਂ ਪ੍ਰਧਾਨ ਜਾਂ ਜੋ ਵੀ, ਉਹਦੇ ਕੋਲ ਇੱਕ ਬੰਦੂਕ ਹੈ ਸੀ, ਹੁਣ ਸਾਡੇ ਕੋਲ ਕਿਸੇ ਕੋਲ ਕਿਸੇ ਬੰਦੇ ਕੋਲ ਬੰਦੂਕ ਨਹੀਂ। ਉਹ ਰਾਤ ਨੂੰ ਉਹਨੇ ਸ਼ਾਮ ਨੂੰ ਮਲਾਹ ਬੁਲਾਇਆ ਤੇ ਬੇੜੀ ਤੇ ਬੈਠਾ ਤੇ ਚਾਬੀ ਲੰਘ ਕੇ ਗੁਰਦਾਸਪੁਰ ਡੇਰੇ ਬਾਬੇ ਨਾਨਕ ਆਣ ਵੜੇ। ਤੇ ਫਿਰ ਜਦੋਂ ਅਸੀਂ ਉੱਥੋਂ ਤੁਰੇ ਆ, ਫਿਰ ਰਾਹ ਚ ਆਣ ਕੇ ਮੁਸਲਮਾਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ, ਉੱਥੇ ਬੰਦੇ ਬੜੇ ਮਰੇ ਸਾਡੇ,
ਬਾਰਿਸ਼ ਬੜੀ ਹੋਈ ਸੀ, ਹੜ ਬੜਾ ਸੀ, ਉਹ ਫਿਰ ਅਸੀਂ ਹੌਲੀ ਹੌਲੀ ਦਰਿਆ ਤੇ ਪੁਲ ਤੇ ਆ ਗਏ, ਪੁਲ ਡੇਰੀ ਥੋੜਾ ਜਬਰਾਂ ਲੰਘ ਕੇ ਸੀ, ਅਸੀਂ ਫਿਰ ਉੱਥੇ ਆ ਗਏ, ਉੱਥੋਂ ਫਿਰ ਅਸੀਂ ਹਮਲਾ ਉੱਥੇ ਹਮਲਾ ਹੋਇਆ ਫਿਰ ਨਾਨੇ ਦੀ ਦਾਦੀ ਸੀ ਇੱਕ ਸਰ ਜਿਹੜਾ ਸਾਡੇ ਪਿੰਡ ਭਾਈ ਕਹਿਲ ਸਿੰਘ ਸੀ ਨਾ, ਇੱਕ ਉਹਦੀ ਦਾਦੀ ਸੀ ਮਾਂ ਸੀ, ਇਹ ਉਹਨਾਂ ਨੇ ਨਾ ਉਹਨਾਂ ਦਾ ਮੁੰਡਾ ਸੀ ਕਿਰਪਾਲ ਸਿੰਘ ਘੋੜੀ ਚ ਚੜਾਈਆਂ ਆਈਆਂ ਹਨ, ਘੋੜੀ ਚ ਚੜਾਈਆਂ ਆਈਆਂ ਤੇ ਉਹਦੀ ਭੈਣ ਨੂੰ ਉੱਥੇ ਗੋਲੀ ਵੱਜ ਗਈ ਗੋਡੇ ਚ, ਉਹਨੇ ਮਾਈਆਂ ਦੋਵੇਂ ਤਾਰੀਆਂ ਘੋੜੀ ਤੋਂ, ਉਹ ਉੱਥੇ ਬਾਲ ਦਿੱਤੀਆਂ ਤੇ ਆਪਣੀ ਭੈਣ ਨੂੰ ਘੋੜੀ ਤੇ ਚੜਾ ਲਿਆ ਤੇ ਆਪਣੀ ਦਾਦੀ ਨੂੰ ਉਹਨੇ ਫੜਿਆ, ਭਾਈ ਬਹਾਦਰ ਭਾਈ ਕਹਿਲ ਸਿੰਘ ਦੇ ਮੁੰਡੇ ਨੇ ਮੋਢਿਆਂ ਤੋਂ ਤੇ ਫੜ ਕੇ ਦਰਿਆ ਸੁੱਟ ਦਿੱਤਾ, ਉਹ ਵਿਚਾਰੀ ਉੱਥੇ ਹੀ ਡੁੱਬ ਗਈ ਤੇ ਜਿਹੜੀ ਇਹਦੇ ਨਾਨੇ ਦੀ ਮਾਂ ਸੀ ਨਾ ਉਹਨੂੰ ਲੱਗਾ ਸੁੱਟਣ, ਉਹ ਕਹਿੰਦੀ ਕੀ ਕਰਨ ਲੱਗਾ, ਅਗਰ ਤੈਨੂੰ ਦਰਿਆ ਸੁੱਟਣ ਲੱਗਾ, ਕਹਿੰਦੀ ਤੂੰ ਮੈਨੂੰ ਸੁੱਟਣ ਵਾਲਾ ਕੌਣ ਹੈ, ਮੇਰਾ ਬੰਦਾ ਮੇਰੇ ਪੁੱਤਰ ਮੇਰੇ ਪੋਤੇ ਸੁੱਟਣ, ਤੂੰ ਮੈਨੂੰ ਸੁੱਟਣਾ ਉਹਦਾ ਚੰਗਾ ਪਈ ਰੋਈ ਤੇ ਉਹਨੇ ਜੀ ਰਹਿਣ ਦਿੱਤਾ ਉੱਥੇ, ਉਹ ਇੱਥੇ ਆਣ ਕੇ ਦੱਸਦੀ ਸੀਗੇ ਭਾਈ ਮੁਸਲਮਾਨ ਆਏ ਇੱਕ ਦੋ ਜਣੇ ਤੇ ਨਾਲੇ ਤੇ ਉਹਨਾਂ ਮੇਰੇ ਲੱਕ ਸੋਟਾ ਮਾਰਿਆ ਇੱਕ ਦੋ ਤੇ ਇਹਦੇ ਕੋਲ ਉਸ ਵੇਲੇ ਦੇ 35 ਰੁਪਈਏ ਦੱਸਦੇ ਨੇ ਚਾਂਦੀ ਦੇ, ਇਹਦੇ ਬੋਝੇ ਚ ਸਾਰੇ ਚੰਦਰ ਦਾ ਬੋਝਾ ਸੀ ਉਹਦੇ ਚ 35 ਰੁਪਈਆਂ ਦਾ ਭਾਰ ਵਾਹਵਾ ਹੁੰਦਾ, ਉਹ ਲਮਕਿਆ ਸੀ ਬੋਝਾ, ਹਾਂਜੀ ਉਹ ਸਿੱਕੇ ਹੁੰਦੇ ਹਨ ਉਦੋਂ ਕਦੇ ਪੈਸੇ ਰੁਪਈਏ ਨੋਟ, ਉਹ ਮੁਸਲਮਾਨ ਨੇ ਫੜਿਆ ਇੱਥੋਂ ਬੋਝਾ, ਉਹ ਨਾਲ ਬੋਝਾ ਨਾਲ ਹੀ ਪੈਸੇ ਖਿੱਚੇਗਾ ਹੋਇਆ, ਫਿਰ ਅਸੀਂ ਮੈਂ ਸੋਚਿਆ ਤਾਂ ਹੁਣ ਇੱਥੇ ਸਾਡਾ ਕੋਈ ਨਹੀਂ, ਉਹ ਮਾਈ ਜਾਂਦੀ ਹੈ ਤਾਂ ਜੇ ਸਾਡਾ ਇੱਥੇ ਹੁੰਦਾ ਤਾਂ ਮੈਨੂੰ ਇਹ ਮਾਰ ਦੇਣਾ, ਮੇਰੇ ਕੋਲ ਪੈਸੇ ਦੇਣਾ ਕੌਣ, ਉਹ ਤੁਰ ਨਹੀਂ ਸਕਦੀ, ਇੱਕ ਨਦਾਰ ਰੱਖੀਆਂ ਤੋਂ ਉਹਨੀ ਸੀ ਤੇ ਇੱਕ ਬਿਲਕੁਲ ਕੁੱਦੀ, ਅੱਛਾ ਨਾਲ ਦਰਿਆ ਲੱਗਦਾ ਸੀ, ਉਹ ਟੋਹ ਕਦੇ ਦਰਿਆ ਚ ਪੈ ਗਈ, ਦਰਿਆ ਪੈ ਗਈ ਤੇ ਉੱਥੋਂ 4-5 ਕਿਲੋਮੀਟਰ ਤੇ ਪੁਲ ਸੀ ਜਿੱਥੇ ਅਸੀਂ ਬੈਠੇ ਹੰਝਾ ਗਏ, ਉਹ ਰੁੜਦੀ ਆਏ ਤੇ ਬੰਦੇ ਸਾਡੇ ਲੱਗ ਪਏ ਆਖਣ, ਉਹ ਬੰਦਾ ਰੁੜਦਾ ਹੁੰਦਾ, ਬੰਦਾ ਰੁੜਦਾ ਹੁੰਦਾ, ਉਹ ਜਦੋਂ ਦਰਿਆ ਦੀ ਸੁੱਟ ਗਈ ਸੀ ਲਾਵੀ ਜੀ, ਇਹ ਡੇਰੇ ਬਾਬੇ ਨਾਨਕ ਵੱਲ ਨੂੰ ਪਏ, ਉਹ ਸਾਡੇ ਤੋਂ 10-12 ਕਰਨ ਤੇ
ਆਣ ਕੇ ਤੇ ਸਿਰ ਤੋਂ ਚੁੰਨੀ ਲਾ ਕੇ ਬੰਨੀ ਚੋੜਨ ਲੱਗ ਪਈ। ਉੱਥੇ ਬਰੇਤਾ ਸੀ, ਉਹ ਬਰੇਤੇ ਤੇ ਚੜ ਗਈ, ਕੁਦਰਤੀ ਬਰੇਤੇ ਤੇ ਚੜ ਗਈ। ਬਰੇ ਸਾਡਾ ਸਰਪੰਚ ਸੀ ਨਾ, ਉਹ ਕਹਿੰਦਾ ਉਹਦੇ ਭਾਈ ਜੀ ਮੈਂ ਆਇਆ, ਇਹਨੂੰ ਭਾਈ ਬਹਾਦਰ ਸਿੰਘ ਜੀ ਮੈਂ ਆਇਆ, ਹਰਬੰਸ ਸਿੰਘ ਜੀ ਦਾਦੀ ਆ। ਫਿਰ ਉੱਥੋਂ ਜਾ ਕੇ ਉਹਨਾਂ ਬੰਦਿਆਂ ਚੋਂ ਪੰਜਾਂ ਨੇ ਉਹਨੂੰ ਚੁੱਕ ਕੇ ਲਿਆਂਦਾ, ਚੁੱਕ ਕੇ ਲਿਆਂਦਾ ਇੱਥੇ ਆਣ ਕੇ ਉਹਦੀ 3 ਸਾਲ ਰਹੀ ਜਿਉਂਦੀ ਰਹੀ। ਹਾਂਜੀ ਜਿਉਂਦੀ ਰਹੀ, ਲਿਖੀ ਸੀ 3 ਸਾਲ, 3 ਸਾਲ ਰਹੀ। ਹਾਂਜੀ ਜਦੋਂ ਪਿੰਡੋਂ ਤੁਸੀਂ ਨਿਕਲੇ ਹੋ, ਤੇ ਜਿਹੜੇ ਤੁਹਾਡੇ ਮੁਸਲਮਾਨ ਰੰਧਾਵੇ ਸਨ, ਤੁਹਾਡੇ ਸ਼ਰੀਕ ਜਿਹੜੇ ਮੁਸਲਮਾਨ ਹੋ ਗਏ ਸਨ, ਉਹਨਾਂ ਨੇ ਮਦਦ ਕੀਤੀ ਤੁਹਾਡੀ ਆਉਣ ਲੱਗਿਆ ਕੋਈ? ਨਹੀਂ ਜੀ, ਕੁਝ ਨਹੀਂ। ਜਿਹੜਾ ਅਬਜਰ ਰੰਧਾਵਾ ਉਹਦੇ ਪਰਿਵਾਰ ਨੇ, ਅਬਜਰ ਰੰਧਾਵੇ ਦੇ ਪਰਿਵਾਰ ਨੇ ਉਹ ਮਦਦ ਨਹੀਂ ਕੀਤੀ? ਮਦਦ ਕਾਹਦੀ ਕਰਦੀ? ਗੱਲ ਤੇ ਉਹ ਮੁਸਲਮਾਨਾਂ ਤੇ ਸਿੱਖਾਂ ਨਹੀਂ ਸੀ, ਹੋਰ ਚ ਕੋਈ ਰੰਧਾਵਿਆਂ ਦਾ ਜਾਂ ਹੋਰ ਚ ਕੋਈ ਗੱਲ ਨਹੀਂ ਸੀ। ਝਗੜਾ ਤੇ ਮੁਸਲਮਾਨ ਤੇ ਸਿੱਖ ਦਾ, ਹਿੰਦੂਆਂ ਦਾ। ਕਈ ਵਾਰਾਂ ਚ ਮੁਸਲਮਾਨਾਂ ਨੇ ਸਿੱਖਾਂ ਨੂੰ ਬਚਾਇਆ, ਸੇਵ ਬਾਰਡਰ ਤੱਕ ਛੱਡ ਕੇ। ਕਈ ਸਿੱਖਾਂ ਹਿੰਦੂਆਂ ਨੇ ਵੀ ਬਚਾਇਆ, ਸਾਡੇ ਨਾਮਧਾਰੀ ਪਰਿਵਾਰ ਜਿੰਨੇ ਨੇ, ਮੈਨੂੰ ਮਾਰਨੀ ਕਿਸੇ ਵੀ ਬੰਦੇ ਨੇ ਮੁਸਲਮਾਨ ਮਾਰਿਆ ਹੋਏ, ਸਾਡੇ ਗੁਰੂ ਨੇ ਜਿਹੜੇ ਇਹਨੇ ਮੁਸਲਮਾਨ ਨੂੰ ਚੇਚੇ ਤੌਰ ਤੇ ਬਚਾਇਆ। ਤੁਹਾਡੇ ਜਿਹੜਾ ਨਾਂ ਘਰ ਹੈ ਸਨ, ਜਿੱਦਾਂ ਘਰ ਹੈ ਸਨ ਸਾਡੇ ਲਾਗੇ ਟੱਕੇ ਕੇ ਪਿੰਡ ਸੀ, ਉੱਥੇ ਨਾਮਧਾਰੀਆਂ ਦੇ ਘਰ ਹੈ। ਅੱਛਾ, ਨਾਰੋਵਾਲ ਚ ਇੱਕ ਪਿੰਡ ਪੈਂਦਾ ਸੀ ਗਿੱਲਾ ਸੋਭਾ ਸਿੰਘ ਦੇ ਲਾਗੇ, ਗਿੱਲਾ ਹਾਂ, ਬਾਬਾ ਜਗਮੀਤ ਸਿੰਘ ਦਾ ਗੁਰਦੁਆਰਾ, ਜਿੱਥੇ ਬਾਬਾ ਦਾ ਸੰਤ ਜਗਮੀਤ ਸਿੰਘ ਦਾ, ਹਾਂਜੀ ਬਾਬਾ ਜਗਮੀਤ ਸਿੰਘ ਗਦਾਰ ਸਿੰਘ ਦੇ ਦਾਦੇ ਪੜਦਾਦੇ ਦਾ, ਹਾਂਜੀ ਮਰਦਾਰ ਸਿੰਘ ਦਾਦੇ ਪੜਦਾਦੇ। ਮੈਨੂੰ ਨੀ ਪਤਾ, ਤੁਹਾਡੇ ਵਡਿਆਰੇ ਜਾਂਦੇ ਸਨ ਉੱਥੇ? ਤਕਰੀਬਨ ਲੋਕੀ ਜਾਂਦੇ ਹੀ ਸਨ। ਤੁਸੀਂ ਨੀ ਗਏ ਆਪਣੀ ਸੰਭਾਲ ਚ? ਨਾ ਜੀ, ਮੈਂ ਨੀ ਗਿਆ। ਠੀਕ ਹੈ। ਤੇ ਤੁਹਾਡੇ ਪਿੰਡ ਦੇ ਕੋਈ ਬਜ਼ੁਰਗ ਬੱਚੇ ਰਹਿ ਦੇਣਗੇ ਪਿੰਡ ਚ? ਸਾਰੇ ਆ ਗਏ ਰਹੇ ਸੀ? ਇੱਕ ਸਾਡਾ ਤਾਇਆ ਰਿਹਾ ਸੀ, ਵੱਡਾ ਉੱਥੇ ਰਹਿ ਗਿਆ ਸੀ, ਵੱਡਾ ਤਾਇਆ ਸੀ, ਉਹ ਸਾਡਾ ਪਾਕਿਸਤਾਨ ਚ ਰਹਿ ਗਿਆ। ਬਜ਼ੁਰਗ ਸੀ, ਨੀ ਤੁਰ ਜਾਂਦਾ ਅੰਦਰ? ਬੁੱਢਾ ਆਇਆ ਸੀ ਬੇਚਾਰਾ। ਕੀ ਨਾਂ ਸੀ ਉਹਦਾ? ਈਸ਼ਰ ਸਿੰਘ। ਉਹ ਨੀ ਆਇਆ ਇੱਧਰ? ਉਹ ਨੀ ਆਇਆ, ਰਸਤੇ ਚ ਹੋਰ ਕਿਤੇ ਮਾਰਵਾੜ ਦੇਖੀ? ਹਾਂਜੀ, ਮਾਰਵਾੜ ਵੇਖੀ ਕਿਤੇ ਰਸਤੇ ਚ ਕਤਲ ਹੋਏ ਲਾਸ਼ਾਂ ਵੇਖੀਆਂ ਜਦੋਂ ਤੁਸੀਂ ਤੁਰੇ ਉੱਥੋਂ? ਆਹੋ, ਕਿੱਥੇ? ਅਸੀਂ ਜੀ ਜਿੱਥੇ ਸਾਡੇ ਤੇ ਹੰਭਾ ਹੋਇਆ ਉੱਥੇ ਵੇਖੀ ਪਈਆਂ ਸਨ ਲਾਸ਼ਾਂ। ਉੱਥੇ
ਮੁੰਡਾ ਸੀ ਇੱਕ ਜੀ, ਉਹ ਮੈਨੂੰ ਪਤਾ ਚੇਤਾ ਹੈ, ਮੈਂ ਹੈ ਤੇ ਛੋਟਾ ਹੀ ਸੀ ਪਰ ਮੈਨੂੰ ਚੇਤਾ ਸਾਰਾ। ਮੇਰੇ ਹੁਣ ਦਿਆਲ ਨੂੰ ਗੋਲੀ ਵੱਜੀ, ਇੱਥੇ ਸਾਡੇ ਨਾਲ ਹੀ ਤੁਰਿਆ ਹੁੰਦਾ, ਇੱਥੇ ਗੋਲੀ ਵੱਜੀ ਤਾਂ ਨੂੰ ਲੰਘ ਗਏ। ਇੱਕ ਜਣੇ ਨੇ ਫੜਿਆ ਬਾਹਾਂ ਤੋਂ, ਇੱਕ ਜਣੇ ਨੇ ਲੱਤਾਂ ਤੋਂ, ਦਰਿਆ ਸੁੱਟ ਜਿਹੜਾ ਇੰਨੇ ਕੰਮ ਕੀ ਗੋਲੀ ਲੱਗੀ, ਗੋਲੀ ਇੱਥੇ ਵੱਜੀ ਸੀ ਉਹਨੂੰ ਥੋੜੀ ਜਿਹੀ ਤੇ ਤਾਂ ਨਿਕਲ ਗਈ। ਜਿਹੜਾ ਹਮਲਾ ਹੁੰਦਾ ਸੀ ਕਿੱਥੇ ਹੁੰਦਾ ਸੀ ਹਮਲਾ? ਸਾਡੇ ਤੇ ਕਿਨਾਰੇ ਤੇ, ਦਰਿਆ ਦੇ ਕੰਢੇ ਤੇ, ਕਰਤਾਰਪੁਰ ਸਾਹਿਬ ਤੋਂ ਕੋਈ 2 ਕਿਲੋਮੀਟਰ 1.5 ਕਿਲੋਮੀਟਰ ਅੱਗੇ ਸੀ। ਜਦੋਂ ਇਹ ਤੁਰੇ ਨਾ ਕਰਤਾਰਪੁਰੋਂ ਨਿਕਲੇ ਤੇ ਇਹਨਾਂ ਨੇ ਜਨਾਨੀਆਂ ਤੇ ਕੁੜੀਆਂ ਜਿਹੜੀਆਂ ਸਨ ਉਹ ਦਰਿਆ ਵਾਲੇ ਪਾਸੇ ਕਰ ਲਏ, ਪਹਿਲਾਂ ਤੇ ਮਾਰਨ ਲੱਗੇ ਉਹਨਾਂ ਨੂੰ। ਨਹੀਂ ਜੀ, ਫਿਰ ਉਹ ਆਖਣ ਲੱਗੇ ਵੀ ਮਾਰੋ ਨਾ, ਤੇ ਜੇ ਤੁਹਾਨੂੰ ਭਾਂਡ ਪੈ ਜਾਏਗੀ ਤੇ ਅਸੀਂ ਦਰਿਆ ਚ ਆਪੇ ਛਾਲਾ ਮਾਰ ਦਿਆਂਗੇ। ਤੇ ਜਿਹੜੇ ਬੁੱਢੇ ਸਾਹਿਬ ਜਨਾਨੀ ਦੇ ਨਾਲ ਆ ਤੇ ਜੇ ਮੁੰਡੇ ਜਿਹੜੇ ਜਵਾਨ ਸਾਹਿਬ ਉਹ ਮੁਸਲਮਾਨ ਵਾਲੇ ਪਾਸੇ ਸਾਈਡ ਤੇ ਬਾਹਰ ਲਾਸੇ, ਤੇ ਜਦੋਂ ਫਿਰ ਮੁਸਲਮਾਨ ਪੈਂਦੇ ਨੇ ਉਹ ਵੀ ਅੱਗੋਂ ਪੈਂਦੇ ਨੇ, ਕਦੀ ਉਹਨਾਂ ਨੇ ਗੋਲੀ ਮਾਰਨੀ ਇਹਨਾਂ ਦਾ ਵੱਡੇ ਜਾਣਾ ਕਰੀ ਵੀ ਨਾ ਉਹ ਮਗਰ ਕਰੇ ਏਦਾਂ ਕਰਦੇ ਹੀ ਸੀ ਮਤਲਬ ਡੇਰੇ ਤੱਕ। ਤੁਰੇ ਰਾਤ ਅਸੀਂ ਰਹੇ ਡੇਰੇ ਬਾਬੇ ਨਾਨਕ, ਉਥੋਂ ਪ੍ਰਸ਼ਾਦਾ ਲੰਗਰੋ ਜਗਿਆ, ਉਥੋਂ ਸਵੇਰੇ ਜਿਹੜੀ ਡੇਰਿਓ ਸੜਕ ਆਉਂਦੀ ਹੈ ਨਾ ਬਟਾਲੇ ਨੂੰ, ਉਹ ਸੜਕੇ ਅਸੀਂ ਪੈ ਕੇ ਉਹਨਾਂ ਨੂੰ ਤੁਰੇ। ਅੱਗੇ ਆਣ ਕੇ ਥੋੜਾ ਜਿਹਾ ਤੇ ਪਿੰਡ ਹੈ ਇੱਕ ਸਰਵਾ ਜੀ ਦਰਮ ਦੇ ਲਾਗੇ, ਉਹ ਫਿਰ ਉੱਥੋਂ ਦੇ ਬੰਦੇ ਕੋਠੇ ਸੜਕ ਤੇ ਸੀ, ਆਖਣ ਲੱਗੇ ਤੁਸੀਂ ਇੱਥੇ ਆ ਜਾਓ ਭਾਈ, ਤੁਸੀਂ ਭਾਜੀ ਇੱਥੇ ਆ ਜਾਓ, ਅਸੀਂ ਫਿਰ ਉੱਥੇ ਚਲੇ ਗਏ। ਉੱਥੇ ਜ਼ਮੀਨ ਤੇ ਬਰਾਨੀ ਸੀ ਤਾਂ ਕਮਾਦ ਬੜੇ ਹਨ, ਤੇ ਉੱਥੇ ਫਿਰ ਅਸੀਂ ਸਰਗਾ ਗੁੜਗੜ ਕੱਢ ਕੇ ਮਾਤ ਨੂੰ ਪੀੜ ਕੇ ਤੇ ਫਿਰ ਉੱਥੋਂ ਨਿਕਲੇ। ਫਿਰ ਅੱਗੇ ਅਸੀਂ ਦਸੂਏ ਆਏ, ਸਾਡੇ ਬੰਦੇ ਦਸੂਆ ਹੀ ਸਾਡੀ ਤਸੀਲ ਸੀ ਉਦੋਂ, ਤੇ ਉੱਥੇ ਫਿਰਦੇ ਹਨ ਪਏ, ਫਿਰਦਿਆਂ ਫਿਰਦਿਆਂ ਉੱਥੇ ਕੁਦਰਤੀ ਸਾਡੇ ਇੱਥੋਂ ਦਾ ਆਹ ਦੋਏ ਪਿੰਡ ਉਹਦੀ ਮਾਂ ਉਹਦੀ ਆਮ ਮਾਲਕੀ ਉਹਦੀ ਕਰਤਾਰ ਸਿੰਘ ਰੰਧਾਵਾ ਸੀ ਬੋਤਲਾਂ ਦਾ, ਉਹ ਸੀ ਹਾਂਜੀ ਜੈਲਦਾਰ ਜੀ, ਉਹ ਵੇਖ ਕੇ ਸਾਡੇ ਬੰਦਿਆਂ ਨੂੰ ਕਹਿੰਦਾ ਭਾਈ ਸਿੱਖੋ ਤੁਸੀਂ ਹੁਣ ਤੁਸੀਂ ਪਾਕਿਸਤਾਨ ਚੋਂ ਆਏ ਹੋ? ਅਸੀਂ ਆਹੋ ਜੀ। ਅਸੀਂ ਕੌਣ ਹੁੰਦੇ ਹੋ? ਅਸੀਂ ਜੀ ਅਸੀਂ ਜੱਟ। ਅਸੀਂ ਕਿਹੜੇ ਜੱਟ? ਅਸੀਂ ਜੀ ਰੰਧਾਵੇ ਜੱਟ। ਕਹਿੰਦੇ ਨੇ ਮੈਂ ਵੀ ਰੰਧਾਵਾ ਜੀ, ਫਿਰ ਤੇ ਤੁਸੀਂ ਮੇਰੇ ਭਰਾ ਹੀ ਹੋਏ। ਉਹਦਾ ਕਰਤਾਰ ਸਿੰਘ ਜੈਲਦਾਰ ਦਾ ਛੋਟਾ ਭਰਾ ਉਦੋਂ ਮਹਿੰਦਰ ਸਿੰਘ, ਮਹਿੰਦਰ ਸਿੰਘ ਰਜਿੰਦਰ ਸਿੰਘ ਦੋ ਭਰਾ, ਮਹਿੰਦਰ ਸਿੰਘ ਤੇ ਕਰਤਾਰ ਸਿੰਘ, ਇਹ ਦੋ ਭਰਾ ਹਨ। ਤੇ ਮਹਿੰਦਰ ਜਿਹੜਾ ਛੋਟਾ ਸੀ ਨਾ ਮਹਿੰਦਰ ਸਿੰਘ, ਇਹ ਕਮਿਸ਼ਨਰ ਸੀ ਉਦੋਂ ਪੰਜਾਬ, ਹੈਂ ਦਿੱਲੀ ਡੀਸੀ ਲੱਗਾ ਸੀ। ਆਹੋ
ਉਹਨੂੰ ਘੁੰਮਾ ਲਈ ਪਿੰਡ ਚ ਨਾ ਵਰਗਣ ਵਾਲੀ ਹੈ ਕੋਈ 5-6 ਕਿੱਲੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨੇ ਡਿਊਟੀ ਆਹੋ ਫਿਰ ਉਹ ਜੇ ਗਿਆਨ ਆ ਤਹਿਸੀਲਦਾਰ ਕੋਲ ਪਰ ਮੇਰੇ ਦੋਏ ਪਿੰਡ ਜਿਹੜੇ ਨੇ ਨਾ ਮੇਰੇ ਇਹਨਾਂ ਬੰਦਿਆਂ ਨੂੰ ਲਾਡ ਕਰਦੇ ਉਹ ਸਾਨੂੰ ਉਹਨੇ ਲਾਡ ਕਰ ਦਿੱਤੇ ਫਿਰ ਅਸੀਂ ਇੱਥੇ ਆ ਗਏ ਫਿਰ ਅਸੀਂ ਕੱਚੀ ਲਾਟ ਮਿੰਟ ਰਹੀ ਮਹਿਮੂਦਪੁਰ ਬਟਾਲਾ ਦੋ ਪਿੰਡ ਨੇ ਮਹਿਮੂਦਪੁਰ ਬਟਾਲਾ ਪਿੰਡ ਦੋ ਨੇ ਹੱਦਾਂ ਬਸਤਾਂ ਵੱਖੋ ਵੱਖ ਨੇ ਪਿੰਡ ਇੱਕੋ ਹੀ ਹੈ ਇੱਕੋ ਹੀ ਹੈ ਜੁੜਿਆ ਹੋਇਆ ਆਹ ਗੱਲ ਇਹ ਹੈ ਇਹ ਮੈਨੂੰ ਪਤਾ ਹੈ ਭਾਈ ਜਦੋਂ ਅਸੀਂ ਪਿੰਡ ਚੋਂ ਪਿੰਡੋਂ ਆਏ ਆ ਨਾ ਸਾਡੇ ਕੋਲ ਕਿਸੇ ਬੰਦੇ ਕੋਲ ਇੱਕ ਨਵਾਂ ਪੈਸਾ ਵੀ ਹੈ ਨਹੀਂ ਸੀ ਕੋਈ ਪੈਸਾ ਨਹੀਂ ਸੀ ਬਿਲਕੁਲ ਸਾਰਾ ਕੁਝ ਉੱਥੇ ਦਰਿਆ ਤੇ ਸੁੱਟ ਕੇ ਆਏ ਦਰਿਆ ਸੁੱਟ ਕੇ ਭਾਈ ਕਿਤੇ ਜਾਣਾ ਤੇ ਹੈਗਾ ਹੀ ਹੈ ਤੇ ਫਿਰ ਉੱਥੇ ਦਰਿਆ ਚ ਜਦੋਂ ਹੰਬਾ ਮੁਸਲਮਾਨਾਂ ਨੇ ਕੀਤਾ ਉੱਥੇ ਸੁੱਟ ਛੱਡਿਆ ਬਸ ਕੱਪੜਿਆਂ ਚ ਆਏ ਕੱਪੜੇ ਵੀ ਕਿਲੋਮੀਟਰ ਕੱਚੇ ਕੋਠੇ ਸਨ ਇੱਥੇ ਸਾਰੇ ਫਿਰ ਉੱਥੇ ਬਹਿ ਗਏ ਆਣ ਕੇ ਫਸਲਾਂ ਖੜੀਆਂ ਸਨ ਇੱਥੇ ਬਹੁਤ ਜਦੋਂ ਆਏ ਤੁਸੀਂ ਫਸਲ ਖੜੀ ਸੀ ਇੱਥੇ ਆਹਾ ਫਸਲ ਬਹੁਤ ਝੋਨਾ ਵੱਢਿਆ ਆਇਆ ਸੀ ਵੱਢ ਕੇ ਪੱਸੇ ਲਾਏ ਸੀ ਉਹ ਵੀ ਪੱਸੇ ਆਉਂਦੇ ਹਨ ਅੱਛਾ ਜੀ ਬੜੇ ਬੜੇ ਕੋਨੇ ਲੰਮੇ ਸੀ ਫਿਰ ਮਗਰੋਂ ਦਾਣੇ ਨਾਲ ਹੀ ਸਨ ਹਾਂਜੀ ਆਹੋ ਬਜਾਈ ਕਰਕੇ ਕਣਕ ਦੀ ਤੇ ਫਿਰ ਗੰਦੇ ਸੀ ਲੋਕੀ ਅੱਛਾ ਜੀ ਤੇ ਝੋਨੇ ਲੱਗੇ ਸਨ ਫਿਰ ਉਹ ਸਾਡੇ ਆਪਣੀ ਜਮੀਨ ਜਿਹੜੀ ਸੀ ਸਾਨੂੰ ਲਾਡਪੁਰ ਪਈ ਸੀ ਜਮੀਨ ਸੀ ਉੱਥੇ ਤੁਹਾਡੀ ਲਾਡਪੁਰ ਉੱਥੇ ਪਾਕਿਸਤਾਨ ਚ ਪਾਕਿਸਤਾਨ ਚ ਬੰਦੀ ਦਾ ਤੇ ਪਤਾ ਨੀ ਜਿਹੜੀ ਸਾਨੂੰ ਪਈ ਹੈ ਲਾਡਪੁਰ ਆਹੋ ਨੇੜੇ ਹੀ ਹੈ ਭੰਗਾਲੇ ਲਾਗੇ ਆਹੋ ਤੁਹਾਡੇ ਬਹੁਤਾ ਟੱਬਰ ਉੱਥੇ ਹੈ ਹਾਂਜੀ ਤੁਹਾਡੇ ਪਿੰਡ ਦੇ ਬਹੁਤੇ ਰੰਧਾਵੇ ਉੱਥੇ ਬੈਠੇ ਨੇ ਹਾਂ ਉੱਥੇ ਕਾਫੀ ਪਿੰਡ ਸਾਰੇ ਰੰਧਾਵੇ ਹਾਂ ਤੇ ਉੱਥੇ ਜ਼ਮੀਨ ਕਿਸ ਪਾਸੇ ਸੀ ਪਿੰਡੋਂ ਸਾਡੀ ਪਰਲੇ ਪਾਸੇ ਲਿੰਦੇ ਪਾਸੇ ਜਿਹੜੀ ਵਾਈ ਸੁਖਵਾਂ ਦੀ ਸੀ ਕਿ ਬਰਾਨੀ ਹੈ ਉਹ ਹੈ ਸਨ ਨਹੀਂ ਜੀ ਅੱਛਾ
ਬਰਾਨੀ ਸੀ ਬਿਲਕੁਲ। ਅੱਛਾ ਬਚਪਨ ਚ ਕੋਈ ਯਾਰ ਬੇਲੀ ਬਣਿਆ ਸੀ? ਬਚਪਨ ਚ ਹੁੰਦੇ ਯਾਰ ਬੇਲੀ ਸਰਦਾਰ ਸਿੰਘ, ਫਿਰ ਭਜਨ ਸਿੰਘ। ਅੱਛਾ ਜੀ, ਤੁਹਾਡਾ ਭਜਨ ਸਿੰਘ ਇਕੱਠਾ ਹੀ ਕੀਤਾ ਸੀ, ਇਕੱਠੇ ਹੀ ਵਾਹੀ ਕਰਦੇ ਰਹੇ, ਇੱਕ ਘਰ ਬਣਦਾ ਵੀ ਗਰੁੱਪ ਇਕੱਠਾ ਗਰੁੱਪ ਚੋਂ ਪੰਜਾਂ ਘਰਾਂ ਦਾ ਇਕੱਠੇ ਹੀ ਵਾਹੀ ਕਰਦੇ ਰਹੇ। ਅੱਛਾ, ਤੁਹਾਡੇ ਨਾਮਧਾਰੀ ਮਤਲਬ ਜਦੋਂ ਵਿਆਹ ਹੁੰਦੇ ਸਨ ਤੇ ਫੇਰੇ ਅਗਲੇ ਨਾ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਨਾਲ? ਨਹੀਂ, ਫੇਰੇ ਉਹਨਾਂ ਨੇ ਇਹ ਵਿਆਹ ਜਿਹੜੇ ਸਾਡੇ ਸੀ ਉਹਨਾਂ ਨੇ ਆਨੰਦ ਸ਼ੁਰੂ ਕੀਤੇ ਸੀ, ਇਹਨੂੰ ਆਨੰਦ ਕਾਰ ਜਾਂਦੇ ਆਨੰਦ ਕਰ, ਨਾ ਦਾਜ ਲੈਣਾ ਤੇ ਨਾ ਦੇਣਾ। ਤੁਹਾਡੇ ਜਿਹੜੇ ਪਰਿਵਾਰ ਸਨ, ਕੁੜੀ ਦਾ ਪੈਸਾ ਨਹੀਂ ਲੈਣਾ, ਬੱਚਾ ਨਹੀਂ ਕਰਨਾ, ਇਹ ਸਾਰੇ ਉਹਨਾਂ ਦੇ ਸਾਨੂੰ ਆਰਡਰ। ਤੁਹਾਡੇ ਪਰਿਵਾਰ ਕਦੋਂ ਤੋਂ ਦੱਸਿਆ ਤੁਹਾਡੇ ਬਜ਼ੁਰਗਾਂ ਨੇ ਨਾਮਧਾਰੀ ਮੱਤ ਚ ਆਏ ਹਨ, ਬਾਬਾ ਰਾਮ ਸਿੰਘ ਵੇਲੇ ਕਿ ਜੇ ਬਾਅਦ ਵਿੱਚ? ਇਹ ਮੈਨੂੰ ਪਤਾ ਨਹੀਂ, ਰਾਮ ਸਿੰਘ ਤੋਂ ਬਾਅਦ ਹੀ ਸ਼ੁਰੂ ਹੋਇਆ ਨਾਮਧਾਰੀ। ਸਤਿਗੁਰੂ ਪ੍ਰਤਾਪ ਸਿੰਘ ਜੀ, ਜਦੋਂ ਨਾਮ ਧਾਰੀਆਂ ਨੇ ਨਾਮ ਮਿਲਵਰਤਨ ਕੀਤਾ ਅੰਗਰੇਜ਼ ਦਾ, ਜੇ ਕਿਤੇ ਲੋਕ ਉਦੋਂ ਸਾਥ ਦਿੰਦੇ ਸਾਡਾ ਨਾਮ ਧਾਰੀਆਂ ਦਾ, ਪਾਕਿਸਤਾਨ ਇਸ ਤੋਂ 50 ਸਾਲ ਗਿਆ ਬਾਅਦ ਹੋ ਸਕਦਾ। ਆਜ਼ਾਦੀ ਦਾ ਅੰਦੋਲਨ ਅਸਲ ਚ ਨਾਮਧਾਰੀਆਂ ਨੇ ਪਹਿਲਾਂ ਸ਼ੁਰੂ ਕੀਤਾ ਦਾ ਸਾਥ ਨਹੀਂ ਦਿੱਤਾ, ਅੰਦੋਲਨ ਫੇਲ ਹੋ ਗਿਆ, ਅੰਦੋਲਨ ਫੇਲ ਹੋ ਗਿਆ। 50 ਸਾਲ ਨਾਮਧਾਰੀਆਂ ਤੋਂ ਬਾਅਦ, ਸਤਿਗੁਰੂ ਰਾਮ ਸਿੰਘ ਤੋਂ ਬਾਅਦ 50 ਸਾਲ ਮਹਾਤਮਾ ਗਾਂਧੀ ਨੇ ਆਣ ਕੇ ਫਿਰ ਇਹ ਅੰਦੋਲਨ ਚਾਲੂ ਕੀਤਾ। ਕਈ ਵਾਰੀ ਮੁੰਡੇ ਆਉਂਦੇ ਨੇ ਹੁਣ ਕਰਤਾਰਪੁਰ ਕਰਤਾਰਪੁਰ ਸਾਡੇ ਪਿੰਡ ਤੋਂ 2-2.5 ਕਿਲੋਮੀਟਰ ਹਾਂਜੀ, ਪਿੰਡ ਵਾਲੇ ਪਹੁੰਚ ਜਾਣਗੇ, ਪਿੰਡ ਵਾਲੇ ਕੋਈ ਭਾਵੇਂ ਆ ਜਾ। ਰੌਲਿਆਂ ਤੋਂ ਪਹਿਲਾਂ ਵੱਟ ਬੰਨੇ ਤੋਂ ਲੜਾਈ ਹੋਈ ਸੀ,
ਨਹੀਂ ਕੁਦਰਤ ਆਪੋ ਜਿਹੜਾ ਨਹੀਂ ਸਹੀ ਪਿੰਡ ਚ ਨਹੀਂ ਜੋ ਦਾ ਬਾਹਰ ਦੇ ਪਿੰਡਾਂ ਨਾਲੋਂ ਉਹ ਜਿਹੜੇ ਬੰਦੇ ਤੇ ਰੰਧਾਵੇ ਸਨ ਉੱਥੇ ਵੀ ਜੱਟ ਪਰ ਉਹ ਬਦਮਾਸ਼ ਬੰਦੇ ਸੀ ਉਹ ਸਾਡੀਆਂ ਫਸਲਾਂ ਵੱਢ ਖੜਦੇ ਹੁੰਦੇ ਸੀ ਉਹ ਸਾਡੇ ਉਹਨਾਂ ਨੇ ਰਾਤ ਆਣ ਕੇ ਤੇ ਕਣਕ ਕਣਕ ਵਾਢੀ ਪੱਕੀ ਹੋਈ ਤੇ ਛਿੱਟੇ ਛੁੱਟੇ ਵੱਢ ਲਏ ਤੇ ਉਹ ਇਸਮਾ ਇਸਮਾ ਦੱਸਦੇ ਨੇ ਸਾਡੇ ਮੁਸਲਮਾਨ ਜੱਟ ਸੀ ਉਹ ਉਹਨਾਂ ਨੂੰ ਕਹਿੰਦਾ ਤੁਸੀਂ ਆ ਲੈ ਚੱਲੋ ਛਿੱਟੇ ਪਿੰਡ ਤੇ ਮੈਂ ਇੱਥੋਂ ਨਾ ਸਾਡੇ ਉਦੋਂ ਨਵਾਂ ਨਵਾਂ ਬਰਸੀਨ ਚੱਲਿਆ ਸੀ ਸਾਡੇ ਖੂਹ ਲੱਗੇ ਆ ਨਵੇਂ ਨਵੇਂ ਨਵਾਂ ਨਵਾਂ ਬਰਸੀਨ ਚੱਲਿਆ ਸੀ ਕਹਿੰਦਾ ਮੈਂ ਇੱਥੋਂ ਨਾ ਮੇਰੀ ਮਹੀਂ ਚੋਰੀ ਦੇ ਪੱਠਿਆਂ ਤੋਂ ਬਗੈਰ ਹੋਰ ਖਾਂਦੀ ਕੱਖ ਨਹੀਂ ਉਹ ਬਰਸੀਨ ਚੋਰੀ ਦਾ ਹੀ ਖਾਂਦੀ ਮੈਂ ਬਰਸੀਨ ਵੱਢ ਲਿਆ ਉਹ ਸਾਡੇ ਉੱਥੇ ਬਰਸੀਨ ਵੱਢਣ ਆ ਗਿਆ ਇੱਕ ਖੂਹ ਤੇ ਬਰਸੀਨ ਵੱਢੇ ਤੇ ਖੂਹ ਵਾਲਾ ਜਿਹੜਾ ਮਾਲਕ ਸੀ ਉਹਨਾਂ ਮੁੰਡਿਆਂ ਦਾ ਪਿਓ ਉਹ ਗਿਆ ਉਹ ਕੌਣ ਹੈ ਉਹ ਚੰਨੋ ਹੈ ਉਹਦਾ ਮੁੰਡਾ ਉਹਦੇ ਮਨ ਨੂੰ ਉਹ ਪੱਠੇ ਬਣਦਾ ਉਹ ਕੂਆ ਨਹੀਂ ਕੂਆ ਨਹੀਂ ਉਹ ਹੌਲੀ ਹੌਲੀ ਉਹਦੇ ਲਾਗੇ ਚਲਿਆ ਗਿਆ ਉਹ ਲਾਗੇ ਚਲਿਆ ਗਿਆ ਤੇ ਉਹਨੇ ਪਰਨਾ ਖਿੱਚਿਆ ਜਦ ਚਾਦਰ ਜਿਹੜੀ ਸੀ ਬਰਸੀਨ ਥੱਲੇ ਵਿਛਾਈ ਤੇ ਗਾਂ ਤੋਂ ਤੁਰ ਪਿਆ ਉਹਨੇ ਰੋਵੀ ਪਾਤੀ ਚੋਰ 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 ਸਾਰਾ ਪਿੰਡ ਸਾਡਾ ਇਕੱਠਾ ਹੋ ਗਿਆ ਮਿੰਟ ਚ ਉਹ ਕਮਾਦ ਦੱਸਦੇ ਹੁੰਦੇ ਨੇ ਮੈਂ ਤੇ ਦੇਖਿਆ ਨੀ ਦੱਸਦੇ ਨੇ ਕਮਾਦ ਚ ਥੋੜਾ ਜਿਹਾ ਉੱਥੇ ਕੁਝ ਬੂਟੀ ਮਰਲਾ ਦੋ ਮਰਲੇ ਉਹ ਕਮਾਦ ਚ ਹੋ ਕੇ ਖਲੋ ਗਿਆ ਨਸਿਆ ਨਹੀਂ ਕਮਾਲ ਚ ਉਠ ਲੋ ਗਿਆ ਤੇ ਬੰਦੇ ਬਹਿ ਜਾਂਦੇ ਨੇ ਤੇ ਮੈਂ ਫਿਰ ਭਾਂਡਵੇ ਖੜਾਂਗੇ ਉਹ ਉੱਥੇ ਖਲੋ ਗਿਆ ਬੰਦੇ ਤੁਰੇ ਨਕਸ਼ੇ ਭੱਜੇ ਚਾਰ ਫਿਰੇ ਪਰ ਉਹ ਲੱਭਿਆ ਨੀ ਕਿਤੇ ਸਾਡਾ ਸਰਪੰਚ ਦੱਸਦਾ ਸੀ ਤੇ ਅਸੀਂ ਅੱਗੇ ਉੱਥੇ ਗਏ ਤੇ ਉਹ ਉੱਥੇ ਕਮਾਲ ਚ ਸੀ ਇੱਕ ਮੁੰਡਾ ਸੀ ਸਾਡੇ ਕੋਲ ਜੱਟਾਂ ਦਾ ਉਹ ਕਹਿੰਦਾ ਉਹ ਹੁਣ ਕਿਤੇ ਵੇਖਿਆ ਉਹਨੂੰ ਉੱਥੇ ਹਿਲਦਾ ਉਹ ਕਹਿੰਦਾ ਉਹ ਬੰਦਾ ਆ ਜੇ ਚੋਰ ਆ ਜੇ ਉਹ ਨਿਕਲ ਕੇ ਬਾਹਰ ਖਲੋ ਗਿਆ ਉਹ ਕੀ ਗੱਲ ਹੋਈ ਹੈ ਮੈਂ ਤੇ ਪਿੰਡੋਂ ਨੱਸਿਆ ਭਾਈ ਕੀ ਗੱਲ ਹੋ ਗਈ ਹੈ ਕਿ ਬੰਦੇ ਰੋਵੀ ਪਈ ਹੈ ਉਹ ਫਿਰ ਸਾਡੇ ਬੰਦਿਆਂ ਨੇ ਉੱਥੇ ਸਾਡਾ ਸਰਪੰਚ ਦੱਸਦਾ ਤੇ ਮੈਂ ਇੱਦਾਂ ਗਾਂ ਹੋਇਆ ਤੇ ਉਹ ਸਾਡੇ ਪਿੰਡ ਦਾ ਮਗਰ ਬੰਦਾ ਸੀ ਖਲੋਤਾ ਆ ਛੋਟਿਆ ਉਹ ਕਹਿੰਦਾ ਉਹ ਜਾਗਰ ਸਾਹਿਬ ਬਾਕੀ ਇਹਦੇ ਕੋਲ ਬਰਸ਼ੀ ਹੈ ਉਹ ਬਰਸ਼ੀ ਉਹਨੇ ਇੱਦਾਂ ਕੀਤੀ ਸੀ ਉਹਨੇ ਇੱਦਾਂ ਕੀਤੀ ਸੀ ਮੈਂ ਸੋਚਿਓ ਹੱਥ ਪਾ ਦਿਆ ਉਹਦਾ ਬਰਸ਼ੀ ਉਹ ਛੋਟਿਆ ਪਾ ਉਹ ਅਵੇ ਖੋ ਲਈ ਉਹ ਮਾਰਿਆ ਮਗਰੋਂ ਛੋਟਾ ਸਿਰ ਚ ਉਹ ਮਰ ਗਿਆ ਉਹ ਬੰਦਾ ਮਾਰਿਆ ਕਤਲ ਪੈ ਗਿਆ ਕਤਲ ਪੈਣਾ ਹੀ ਸੀ ਓਦਾਂ ਚਲੋ ਬਚ ਤੇ ਗਏ ਬੰਦੇ ਸਜ਼ਾ ਸੁਜ਼ਾ ਤੋਂ ਖਰਚਾ ਖੁਰਚਾ ਹੋ ਗਿਆ ਪਾਕਿਸਤਾਨ ਬਣ ਗਿਆ ਸਜ਼ਾ ਫਿਰ ਪਾਕਿਸਤਾਨ ਬਣ ਗਿਆ ਮੁਸਲਮਾਨ ਸਨ ਉਹ ਰੰਧਾਵੇ ਸਨ ਆਹੋ ਤੇ ਤੁਹਾਡਾ ਤੇ ਉਹਨਾਂ ਦਾ ਆਪਸ ਵਿੱਚ ਭਾਈਚਾਰਾ ਕਿਹੋ ਜਿਹਾ ਸੀ
ਪਾਕਿਸਤਾਨ ਚ ਮੈਨੂੰ ਪਤਾ ਪਤਾ ਤੇ ਨਹੀਂ ਨਾ, ਮੈਂ ਨਿੱਕਾ ਸਾ ਭਾਈਚਾਰਾ ਆਪੇ ਵੀ ਸਾਰੇ ਗਲਤ ਸੀ। ਜੇ ਕਿਸੇ ਦਾ ਵਿਆਹ ਸ਼ਾਦੀ ਹੁੰਦਾ ਸੀ ਤੇ ਅਸੀਂ ਉਹਨਾਂ ਨੂੰ ਉਹ ਸਾਡੇ ਤੋਂ ਸੁੱਤੀ ਰਸਤ ਲੈ ਜਾਂਦੇ ਸੀ, ਅਸੀਂ ਉਹਨਾਂ ਤੋਂ ਸੁੱਤੀ ਲੈ ਆਪਣੇ ਘਰ ਠੀਕ ਹੈ। ਬਰਤਨ ਭਾਜੀ ਹੈ ਸੀ, ਬਰਤਨ ਭਾਜੀ ਹੈ। ਅੱਛਾ ਹੋਰ ਕੋਈ ਯਾਦ ਦੱਸੋ, ਹਾਂਜੀ ਪਿੰਡ ਦੀ ਯਾਦ ਦੱਸੋ ਕੋਈ ਹੋਰ ਪਾਕਿਸਤਾਨ। ਹਾਂਜੀ ਪਾਕਿਸਤਾਨ ਦੀ ਫਿਰ ਯਾਦ ਤੇ ਇਹੀ ਹੈ ਭਾਈ ਸਾਡੀਆਂ ਪੈ ਗਈਆਂ ਪਿੰਡੋਂ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ। ਹਾਂਜੀ ਅੱਛਾ ਤਿੰਨ ਚਾਰ ਥਾਈ ਸਾਡੀ ਪੈ ਗਈ ਹੁੰਦੀ। ਕਿਹੜੀ ਫਸਲ ਹੋਈ ਸੀ ਉੱਥੇ ਸਾਡੇ? ਉੱਥੇ ਫਸਲ ਕਣਕ ਬੜੀ ਹੁੰਦੀ ਸੀ ਤੇ ਮਗਰੋਂ ਹੁਣ ਖੂਹ ਲੱਗ ਗਏ ਹਨ, ਝੋਨਾ ਚਾਨਾ ਵੀ ਲਾਉਣ ਲੱਗ ਗਏ ਹਨ ਲੋਕੀ ਤੇ ਕਣਕ ਬੜੀ ਹੁੰਦੀ। ਸਾਡੇ ਬਸੰਤਰ ਦਾ ਇੱਕ ਨਾਲਾ ਲੱਗਦਾ ਸੀ, ਉਹਨੂੰ ਬਸੰਤਰ ਆਉਂਦੇ ਸੀ। ਉਹਦੇ ਵਿੱਚ ਪਾਣੀ ਬੜਾ ਆਉਂਦਾ ਸੀ, ਹੜ ਆਉਂਦਾ ਸੀ। ਸਾਰੇ ਸਾਡੇ ਘਰਾਂ ਤੋਂ ਬਗੈਰ ਸਾਡੀ ਪੈਰੀ ਮਰਲਾ ਨਹੀਂ ਸੀ, ਪਿੰਡ ਦੀ ਰਹਿੰਦੀ ਸਾਰੀ ਪੈਰੀ ਪਾਣੀ ਰਹਿੰਦਾ। ਕਣਕ ਬਹੁਤ ਹੋਣੀ ਪਿੰਡ ਹੁਣ ਭੁੱਲਿਆ ਵੀ ਨਹੀਂ, ਕਿਉਂਕਿ ਜਿਹੜੇ ਸਾਲ ਆ ਗਏ। ਹੁਣ ਪਤਾ ਨੀ ਹੋਰ ਕਿੰਨੀ ਹੈ ਪਤਾ ਨੀ।